ਸੀਨੀਅਰ ਅਫਸਰਾਂ ਸਾਹਿਬ ਵੱਲੋਂ ਜਿਹੜੇ ਆ ਰੋਡ ਐਕਸੀਡੈਂਟ ਦੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡੋਂ ਸਾਡੀ ਹੱਦ ਤੋਂ ਲੈ ਕੇ ਨੀਲੋਂ ਸਾਡੀ ਜਿਹੜੀ ਹੱਦ ਪੈਂਦੀ ਹੈ ਉੱਥੇ ਤੱਕ ਇਹ ਰੋਡ ਕਵਰ ਕਰੂਗੀ। ਇਹਦੇ ਵਿੱਚ ਇੱਕ ਐਨ ਜੀ ਓ ਨੇ ਸਾਹਿਬਾਨ ਨੇ ਅਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਹੈ ਅਤੇ ਦੋ ਜਵਾਨ ਹੋਰ ਨੇ। ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀ ਓ ਦੇ 3 ਜਵਾਨ ਰਾਤ ਨੂੰ ਹਾਜ਼ਰ ਰਹਿਣਗੇ। ਸਾਰਾ ਜਿਹੜੀ ਵਧੀਆ ਗੱਲ ਹੈ ਇਸ ਗੱਡੀ ਦੀ, ਇਹਦੇ ਵਿੱਚ ਫਸਟ ਏਡ ਜਿਹੜੀ ਕਿੱਟ ਹੈ ਉਹ ਵੀ ਪ੍ਰੋਪਰ ਹੈ ਅਤੇ ਰਿਸਪੋਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਔਨਲਾਈਨ ਹੈ ਸਾਰਾ ਗੱਡੀ ਦੇ ਵਿੱਚ ਹੀ। ਜੇ ਸੀਨ 'ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ। ਉਹਦਾ ਮਾਡਰਨ ਜਿੰਨੀ ਵੀ ਹੈ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਿਹਾ। ਜੇ ਕਿਤੇ ਰੋਡ 'ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ? ਕਿਹੜਾ ਨੰਬਰ 'ਤੇ ਬੁਲਾ ਸਕਦਾ? ਜਿਹੜਾ ਮਰਜ਼ੀ 112 'ਤੇ ਕਾਲ ਆਉਂਦੀ ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ। ਇਮੀਜੀਏਟਲੀ ਜੇ ਥਾਣੇ ਵੀ ਫੋਨ ਕਰੋਗੇ ਤਾਂ ਇਮੀਜੀਏਟਲੀ ਵਿਦ ਇਨ ਨੋ ਟਾਈਮ ਜਿਹੜਾ ਉੱਥੇ ਇਹ ਸਾਡੀ ਗੱਡੀ ਏਅਰਪੋਰਟ ਤੋਂ। ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ? ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨ ਜੀ ਓ ਹੋਊਗਾ ਆਪਣਾ ਥਾਣੇਦਾਰ ਸਾਹਿਬ ਅਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਅਤੇ ਦੋ ਜਵਾਨ ਆਉਣਗੇ 24 ਘੰਟੇ। ਹਾਂ 24 ਘੰਟੇ ਰਹੂਗੀ ਅਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨ ਜੀ ਓ ਅਤੇ 3 ਜਵਾਨ ਆਉਣਗੇ। ਅਤੇ ਜਿਹੜੇ ਐਕਸੀਡੈਂਟ 'ਚ ਮੁੱਢਲੀ ਸਹਾਇਤਾ ਹੁੰਦੀ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਣਗੀ ਉਹਨਾਂ ਵੱਲੋਂ? ਫਸਟ ਏਡ ਜਿਹੜੀ ਫਸਟ ਏਡ ਜਿੰਨੀ ਵੀ ਆ ਸਾਡੇ ਕੋਲ ਫਸਟ ਏਡ ਗੇਟ ਹੈ ਨਾ ਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹ ਜਿਹੜੀ ਵੀ ਮੌਕੇ 'ਤੇ ਜਿੰਨੀ ਵੀ ਦੇ ਸਕਣਗੇ ਫਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ ਅਤੇ ਉਹ ਤੋਂ ਬਾਅਦ ਇਮੀਜੀਏਟਲੀ ਹਸਪਤਾਲ ਲੈ ਜਾਏਗੀ। ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੱਡਿੰਗ ਨੂੰ ਰੋਕਣਾ ਹੈ, CPR ਬਾਰੇ ਵੀ ਸਾਨੂੰ ਦੱਸਿਆ ਗਿਆ ਹੈ ਸਾਰਾ ਕੁਝ। ਸਾਨੂੰ ਮਤਲਬ ਕਿਵੇਂ ਮੁੱਢਲੀ ਸਹਾਇਤਾ ਦੇਣੀ ਹੈ, ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ, ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ। ਫਸਟ ਏਡ ਕਿੱਟ ਦੇ ਵਿੱਚ ਤੁਹਾਡਾ ਕੀ ਸਮਾਨ ਆ? ਫਸਟ ਏਡ ਕਿੱਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ, ਬਾਕੀ ਐਂਟੀਬਾਇਓਟਿਕ ਗੋਲੀਆਂ ਵੀ ਹੈ ਅਤੇ ਹੋਰ ਬਹੁਤ ਕੁਝ ਵੀ ਹੈ। ਸਰ ਆਪਣੇ ਨਾ 112 ਨੰਬਰ ਡਾਇਲ ਕਰੋ ਅਤੇ ਗੱਡੀ 10 ਮਿੰਟ 'ਚ ਉੱਥੇ ਪਹੁੰਚੂਗੀ ਅਤੇ ਉਹ ਤੋਂ ਬਾਅਦ ਸਾਡੇ ਕੋਲ ਫਸਟ ਏਡ ਵੀ ਹੈ ਜੀ। ਮੌਕੇ 'ਤੇ ਅਸੀਂ ਜੋ ਵੀ ਸੱਟ ਫੇਟ ਵੱਜੀ ਆ ਉਹਦਾ ਫਸਟ ਏਡ ਕਰਾਂਗੇ ਜੀ, ਬਾਕੀ ਜੇ ਹਸਪਤਾਲ ਪਹੁੰਚਣ ਤਾਂ ਹਸਪਤਾਲ ਪਹੁੰਚਾਵਾਂਗੇ ਜੀ। ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਜੀ? ਗੱਡੀ ਦੇ ਵਿੱਚ ਜੀ 4 ਮੈਂਬਰ ਹੋਣਗੇ, ਇੱਕ ਸ਼ਿਫਟ ਦੇ ਵਿੱਚ ਇੱਕ ਐਨ ਜੀ ਓ 3 ਕਾਂਸਟੇਬਲ ਜੀ। ਇਸੇ ਤਰ੍ਹਾਂ ਹੀ ਰਾਤ ਨੂੰ ਹੈ ਜੀ। CPR ਦੀ ਸਿਖਲਾਈ ਦਿੱਤੀ ਗਈ ਹੈ ਜੀ? ਹਾਂਜੀ, ਇਹਦੇ ਬਾਰੇ ਸਪੈਸ਼ਲ ਸਿਖਲਾਈ ਦਿੱਤੀ ਗਈ ਆ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਅਤੇ ਦੱਸਿਆ ਗਿਆ ਫਸਟ ਏਡ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ, ਕਿਵੇਂ ਮਤਲਬ ਪੱਟੀ ਕਰਨੀ ਆ ਅਤੇ ਇਹਦੇ ਕਰਕੇ ਜਾਣਕਾਰੀ ਦਿੱਤੀ ਗਈ ਟ੍ਰੇਨਿੰਗ। ਆਕਸੀਜਨ ਵਗੈਰਾ ਫਸਟ ਏਡ 'ਚ ਹੁੰਦੀ ਹੈ ਆਪਣੇ ਕੋਲ? ਨਹੀਂ, ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ, ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਅਤੇ ਉੱਥੇ ਅਸੀਂ ਦਾਖਲ ਕਰਾਵਾਂਗੇ। ਫਸਟ ਏਡ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ? ਹੋਰ ਸਹੂਲਤ ਜੀ, ਜਿਵੇਂ ਰੋਡ 'ਤੇ ਕੋਈ ਵਹੀਕਲ ਖੜ੍ਹਾ ਜੀ ਉਹਨੂੰ ਸਾਈਡ 'ਤੇ ਕਰਾਉਣਾ ਜੀ ਅਤੇ ਕੋਈ ਕਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕੁ ਸਹਾਇਤਾ ਹੋ ਸਕੀ ਅਸੀਂ ਆਪਣੇ ਪੱਲੇ ਵੀ ਕਰਾਂਗੇ ਅਤੇ ਸਾਡੀ ਇਹ ਮੁੱਢਲਾ ਫਰਜ਼ ਹੈ ਜੀ। ਸੀਨੀਅਰ ਅਫਸਰਾਂ ਸਾਹਿਬ ਵੱਲੋਂ ਜਿਹੜੇ ਆ ਰੋਡ ਐਕਸੀਡੈਂਟ ਦੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡੋਂ ਸਾਡੀ ਹੱਦ ਤੋਂ ਲੈ ਕੇ ਨੀਲੋਂ ਸਾਡੀ ਜਿਹੜੀ ਹੱਦ ਪੈਂਦੀ ਹੈ ਉੱਥੇ ਤੱਕ ਇਹ ਰੋਡ ਕਵਰ ਕਰੂਗੀ। ਇਹਦੇ ਵਿੱਚ ਇੱਕ ਐਨ ਜੀ ਓ ਨੇ ਸਾਹਿਬਾਨ ਨੇ ਅਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਅਤੇ 2 ਜਵਾਨ ਹੋਰ ਨੇ। ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀ ਓ ਦੇ 3 ਜਵਾਨ ਰਾਤ ਨੂੰ ਹਾਜ਼ਰ ਰਹਿਣਗੇ। ਸਾਰਾ ਜਿਹੜੀ ਵਧੀਆ ਗੱਲ ਹੈ ਇਸ ਗੱਡੀ ਦੀ, ਇਹਦੇ ਵਿੱਚ ਫਸਟ ਏਡ ਜਿਹੜੀ ਕਿੱਟ ਹੈ ਉਹ ਵੀ ਪ੍ਰੋਪਰ ਹੈ ਅਤੇ ਰਿਸਪੋਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਔਨਲਾਈਨ ਹੈ ਸਾਰਾ ਗੱਡੀ ਦੇ ਵਿੱਚ ਹੀ।
ਜੇ ਸੀਨ 'ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ। ਉਹਦਾ ਮਾਡਰਨ ਜਿੰਨੀ ਵੀ ਆ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਹਾਂ। ਜੇ ਕਿਤੇ ਰੋਡ 'ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ, ਕਿਹੜਾ ਨੰਬਰ 'ਤੇ ਬੁਲਾ ਸਕਦਾ? ਜਿਹੜਾ ਮਰਜ਼ੀ 112 'ਤੇ ਕਾਲ ਆਉਂਦੀ ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ। ਇਮੀਜੀਏਟਲੀ ਜੇ ਥਾਣੇ ਵੀ ਫੋਨ ਕਰੋਗੇ ਤਾਂ ਇਮੀਜੀਏਟਲੀ ਵਿਦ ਇਨ ਨੋ ਟਾਈਮ ਜਿਹੜਾ ਉੱਥੇ ਇਹ ਸਾਡੀ ਗੱਡੀ ਏਅਰਪੋਰਟ 'ਤੇ। ਕਿੰਨੇ ਮੈਂਬਰ ਹੁੰਦੇ ਆ ਜੀ ਨਾਲ? ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨ ਜੀ ਓ ਹੋਊਗਾ ਆਪਣਾ ਥਾਣੇਦਾਰ ਸਾਹਿਬ, ਅਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਅਤੇ ਦੋ ਜਵਾਨ ਆਉਣਗੇ। 24 ਘੰਟੇ? ਹਾਂ 24 ਘੰਟੇ ਰਹੂਗੀ। ਅਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨ ਜੀ ਓ ਦੇ 3 ਜਵਾਨ ਆਉਣਗੇ। ਅਤੇ ਜਿਹੜੇ ਐਕਸੀਡੈਂਟ 'ਚ ਮੁੱਢਲੀ ਸਹਾਇਤਾ ਹੁੰਦੀ ਹੈ, ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਣਗੀ ਉਹਨਾਂ ਵੱਲੋਂ? ਫਸਟ ਏਡ, ਜਿਹੜੀ ਫਸਟ ਏਡ ਜਿੰਨੀ ਵੀ ਆ ਸਾਡੇ ਕੋਲ, ਫਸਟ ਏਡ ਗੇਟ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਸਾਡੀ, ਉਹ ਜਿਹੜੀ ਵੀ ਮੌਕੇ 'ਤੇ ਜਿੰਨੀ ਵੀ ਦੇ ਸਕਣਗੇ ਫਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ। ਅਤੇ ਉਹ ਤੋਂ ਬਾਅਦ ਇਮੀਜੀਏਟਲੀ ਹਸਪਤਾਲ ਲੈ ਜਾਏਗੀ। ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ, ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੀਡਿੰਗ ਨੂੰ ਰੋਕਣਾ ਹੈ, CPR ਬਾਰੇ ਵੀ ਸਾਨੂੰ ਦੱਸਿਆ ਗਿਆ ਸਾਰਾ ਕੁਝ। ਸਾਨੂੰ ਮਤਲਬ ਕਿਵੇਂ ਮੁੱਢਲੀ ਸਹਾਇਤਾ ਦੇਣੀ ਹੈ, ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ, ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ। ਫਸਟ ਏਡ ਕਿੱਟ ਦੇ ਵਿੱਚ ਤੁਹਾਡਾ ਕੀ ਸਮਾਨ ਆ? ਫਸਟ ਏਡ ਕਿੱਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ, ਬਾਕੀ ਐਂਟੀਬਾਇਓਟਿਕ ਗੋਲੀਆਂ ਵੀ ਹੈ ਅਤੇ ਹੋਰ ਬਹੁਤ ਕੁਝ ਵੀ ਹੈ। ਸਰ ਆਪਣੇ ਨਾ 112 ਨੰਬਰ ਡਾਇਲ ਕਰੋ ਅਤੇ ਗੱਡੀ 10 ਮਿੰਟ 'ਚ ਉੱਥੇ ਪਹੁੰਚੂਗੀ। ਅਤੇ ਉਹ ਤੋਂ ਬਾਅਦ ਸਾਡੇ ਕੋਲ ਫਸਟ ਏਡ ਵੀ ਹੈ ਜੀ, ਮੌਕੇ 'ਤੇ ਅਸੀਂ ਜੋ ਵੀ ਸੱਟ ਫੇਟ ਵੱਜੀ ਆ ਉਹਦਾ ਫਸਟ ਏਡ ਕਰਾਂਗੇ ਜੀ। ਬਾਕੀ ਜੇ ਹਸਪਤਾਲ ਪਹੁੰਚਣੇ ਤਾਂ ਹਸਪਤਾਲ ਵਿੱਚ ਪਹੁੰਚਾਵਾਂਗੇ ਜੀ। ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਜੀ? ਗੱਡੀ ਦੇ ਵਿੱਚ ਜੀ 4 ਮੈਂਬਰ ਹੋਣਗੇ, ਇੱਕ ਸ਼ਿਫਟ ਦੇ ਵਿੱਚ, ਇੱਕ ਐਨ ਜੀ ਓ, 3 ਕਾਂਸਟੇਬਲ ਜੀ। ਇਸੇ ਤਰ੍ਹਾਂ ਹੀ ਰਾਤ ਨੂੰ ਹੈ ਜੀ। CPR ਦੀ ਸਿਖਲਾਈ ਦਿੱਤੀ ਗਈ ਹੈ ਜੀ? ਹਾਂਜੀ, ਇਹਦੇ ਬਾਰੇ ਸਪੈਸ਼ਲ ਸਿਖਲਾਈ ਦਿੱਤੀ ਗਈ ਹੈ ਮੁਲਾਜ਼ਮਾਂ ਨੂੰ ਸਾਰਿਆਂ ਨੂੰ, ਅਤੇ ਦੱਸਿਆ ਗਿਆ ਫਸਟ ਏਡ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ, ਕਿਵੇਂ ਮੱਲਮ ਪੱਟੀ ਕਰਨੀ ਆ, ਅਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਟ੍ਰੇਨ ਨੂੰ। ਇਹ 'ਚ ਆਕਸੀਜਨ ਵਗੈਰਾ ਫਸਟ ਏਡ 'ਚ ਹੁੰਦੀ ਹੈ ਆਪਣੇ ਕੋਲ? ਨਹੀਂ, ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ, ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ, ਅਤੇ ਉੱਥੇ ਅਸੀਂ ਦਾਖਲ ਕਰਾਵਾਂਗੇ। ਫਸਟ ਏਡ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ? ਹੋਰ ਸਹੂਲਤ ਜੀ, ਜਿਵੇਂ ਰੋਡ 'ਤੇ ਕੋਈ ਵਹੀਕਲ ਖੜ੍ਹਾ ਜੀ ਉਹਨੂੰ ਸਾਈਡ 'ਤੇ ਕਰਾਉਣਾ ਜੀ, ਅਤੇ ਕੋਈ ਕਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕੁ ਸਹਾਇਤਾ ਹੋ ਸਕੀ ਅਸੀਂ ਆਪਣੇ ਪੱਲੇ ਵੀ ਕਰਾਂਗੇ, ਅਤੇ ਸਾਡੀ ਇਹ ਮੁੱਢਲਾ ਫਰਜ਼ ਹੈ ਜੀ। ਸੀਨੀਅਰ ਅਫਸਰ ਸਾਹਿਬ ਵੱਲੋਂ ਜਿਹੜੇ ਆ ਰੋਡ ਐਕਸੀਡੈਂਟ ਦੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡੋਂ ਸਾਡੀ ਹੱਦ ਤੋਂ ਲੈ ਕੇ ਨੀਲੋਂ ਸਾਡੀ ਜਿਹੜੀ ਹੱਦ ਪੈਂਦੀ ਹੈ ਉੱਥੇ ਤੱਕ ਇਹ ਰੋਡ ਕਵਰ ਕਰੂਗੀ। ਇਹਦੇ ਵਿੱਚ ਇੱਕ ਐਨ ਜੀ ਓ ਨੇ ਸਾਹਿਬਾਨ ਹੈ, ਅਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਹੈ ਅਤੇ 2 ਜਵਾਨ ਹੋਰ ਨੇ। ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀ ਓ ਦੇ 3 ਜਵਾਨ ਰਾਤ ਨੂੰ ਹਾਜ਼ਰ ਰਹਿਣਗੇ। ਸਰ, ਜਿਹੜੀ ਵਧੀਆ ਗੱਲ ਹੈ ਇਸ ਗੱਡੀ ਦੀ, ਇਹਦੇ ਵਿੱਚ ਫਸਟ ਏਡ ਜਿਹੜੀ ਕਿੱਟ ਹੈ ਉਹ ਵੀ ਪ੍ਰੋਪਰ ਹੈ, ਅਤੇ ਰਿਸਪੋਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਔਨਲਾਈਨ ਹੈ ਸਾਰਾ ਗੱਡੀ ਦੇ ਵਿੱਚ ਹੀ। ਜੇ ਸੀਨ 'ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਉਹ ਰਿਕਾਰਡ ਹੋਣਗੀਆਂ। ਉਹਦਾ ਮਾਡਰਨ ਜਿੰਨੀ ਵੀ ਆ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਹਾਂ। ਜੇ ਕਿਤੇ ਰੋਡ 'ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ, ਕਿਹੜਾ ਨੰਬਰ 'ਤੇ ਬੁਲਾ ਸਕਦਾ? ਜਿਹੜਾ ਮਰਜ਼ੀ 112 'ਤੇ ਕਾਲ ਆਉਂਦੀ ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਇਮੀਜੀਏਟਲੀ। ਜੇ ਥਾਣੇ ਵੀ ਫੋਨ ਕਰੋਗੇ ਤਾਂ ਇਮੀਜੀਏਟਲੀ ਵਿਦ ਇਨ ਨੋ ਟਾਈਮ ਜਿਹੜਾ ਉੱਥੇ ਇਹ ਸਾਡੀ ਗੱਡੀ ਏਅਰਪੋਰਟ 'ਤੇ। ਕਿੰਨੇ ਮੈਂਬਰ ਹੁੰਦੇ ਆ ਜੀ ਨਾਲ? ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨ ਜੀ ਓ ਹੋਊਗਾ ਆਪਣਾ ਥਾਣੇਦਾਰ ਸਾਹਿਬ, ਅਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਅਤੇ 2 ਜਵਾਨ ਆਉਣਗੇ।
24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ NGO ਦੇ 3 ਜਵਾਨ ਹੋਣਗੇ ਤੇ ਜਿਹੜੇ ਐਕਸੀਡੈਂਟ 'ਚ ਮੁੱਢਲੀ ਸਹਾਇਤਾ ਹੁੰਦੀ ਹੈ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਣਗੀ ਉਹਨਾਂ ਵੱਲੋਂ ਫਸਟ ਏਡ ਜਿਹੜੀ ਫਸਟ ਏਡ ਜਿੰਨੀ ਵੀ ਆ ਸਾਡੇ ਕੋਲ ਫਸਟ ਏਡ ਗੇਟਾਂ ਨਾਲ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹ ਜਿਹੜੀ ਵੀ ਮੌਕੇ 'ਤੇ ਜਿੰਨੀ ਵੀ ਦੇ ਸਕਣਗੇ ਫਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ ਅਤੇ ਉਹ ਤੋਂ ਬਾਅਦ ਇਮੀਡੀਏਟਲੀ ਹਸਪਤਾਲ ਲੈ ਜਾਏਗੀ ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੀਡਿੰਗ ਨੂੰ ਰੋਕਣਾ ਹੈ CPR ਬਾਰੇ ਵੀ ਸਾਨੂੰ ਦੱਸਿਆ ਗਿਆ ਹੈ ਸਾਰਾ ਕੁਝ ਸਾਨੂੰ ਮਤਲਬ ਕਿਵੇਂ ਮੁੱਢਲੀ ਸਹਾਇਤਾ ਦੇਣੀ ਹੈ ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਫਸਟ ਏਡ ਕਿੱਟ ਦੇ ਵਿੱਚ ਤੁਹਾਡਾ ਕੀ ਸਮਾਨ ਆ ਫਸਟ ਏਡ ਕਿੱਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ ਬਾਕੀ ਐਂਟੀਬਾਇਓਟਿਕ ਗੋਲੀਆਂ ਵੀ ਹੈ ਅਤੇ ਹੋਰ ਬਹੁਤ ਕੁਛ ਵੀ ਸਰ ਆਪਣੇ ਨਾ 112 ਨੰਬਰ ਡਾਇਲ ਕਰੋ ਅਤੇ ਗੱਡੀ 10 ਮਿੰਟ 'ਚ ਉੱਥੇ ਪਹੁੰਚੂਗੀ ਅਤੇ ਉਹ ਤੋਂ ਬਾਅਦ ਸਾਡੇ ਕੋਲ ਫਸਟ ਏਡ ਵੀ ਹੈ ਜੀ ਮੌਕੇ 'ਤੇ ਅਸੀਂ ਜੋ ਵੀ ਸੱਟ ਫੇਟ ਵੱਜੀ ਆ ਉਹਦਾ ਫਸਟ ਏਡ ਕਰਾਂਗੇ ਜੀ ਬਾਕੀ ਜੇ ਹਸਪਤਾਲ ਪਹੁੰਚਣਾ ਤਾਂ ਹਸਪਤਾਲ ਵਿੱਚ ਪਹੁੰਚਾਵਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਜੀ ਗੱਡੀ ਦੇ ਵਿੱਚ ਜੀ 4 ਮੈਂਬਰ ਹੋਣਗੇ ਇੱਕ ਸ਼ਿਫਟ ਦੇ ਵਿੱਚ ਇੱਕ NGO 3 ਕਾਂਸਟੇਬਲ ਜੀ ਅਤੇ ਇਸੇ ਤਰ੍ਹਾਂ ਹੀ ਰਾਤ ਨੂੰ ਹੈ ਜੀ CPR ਦੀ ਸਿਖਲਾਈ ਦਿੱਤੀ ਗਈ ਹੈ ਹਾਂਜੀ ਇਹਦੇ ਬਾਰੇ ਸਪੈਸ਼ਲ ਸਿਖਲਾਈ ਦਿੱਤੀ ਗਈ ਆ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਅਤੇ ਦੱਸਿਆ ਗਿਆ ਫਸਟ ਏਡ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਮਲਮ ਪੱਟੀ ਕਰਨੀ ਆ ਅਤੇ ਇਹਦੇ ਕਰਕੇ ਜਾਣਕਾਰੀ ਦਿੱਤੀ ਗਈ ਟ੍ਰੇਨਿੰਗ ਆਕਸੀਜਨ ਵਗੈਰਾ ਫਸਟ ਏਡ ਹੁੰਦੀ ਹੈ ਆਪਣੇ ਕੋਲ ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਅਤੇ ਉੱਥੇ ਅਸੀਂ ਦਾਖਲ ਕਰਾਵਾਂਗੇ ਫਸਟ ਏਡ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ ਹੋਰ ਸਹੂਲਤ ਜੀ ਜਿਵੇਂ ਰੋਡ 'ਤੇ ਕੋਈ ਵਹੀਕਲ ਖੜ੍ਹਾ ਜੀ ਉਹਨੂੰ ਸਾਈਡ 'ਤੇ ਕਰਾਉਣਾ ਜੀ ਅਤੇ ਕੋਈ ਕਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕੁ ਸਹਾਇਤਾ ਹੋ ਸਕੀ ਅਸੀਂ ਆਪਣੇ ਪੱਲੇ ਵੀ ਕਰਾਂਗੇ ਅਤੇ ਸਾਡੀ ਇਹ ਮੁੱਢਲਾ ਫਰਜ਼ ਹੈ ਜੀ